ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦੀ ਹਾਂ, ਬਲਵੀਰ ਸਿੰਘ ਬੈਂਸ ਕਿੰਨੀ ਸੋਹਣੀ ਮਦਦ ਕਰ ਰਿਹਾ, ਜੇਲ੍ਹਾਂ ਵਾਲੇ ਪਰਿਵਾਰਾਂ ਨੂੰ ਪਾਲ ਰਹੇ ਨੇ, ਜੇਲ੍ਹਾਂ ਵਿੱਚ ਬੈਠਿਆਂ ਬੰਦ ਘਰਾਂ ਦੇ ਵਿੱਚ ਕੱਪੜੇ ਦੇ ਰਹੇ ਨੇ, ਬੜੀ ਮਦਦ ਕਰ ਰਹੇ ਨੇ ਬੈਂਸ, ਬਲਵੀਰ ਸਿੰਘ ਬੈਂਸ। ਉਹਨਾਂ ਨੇ ਮਦਦ ਕੀਤੀ, ਇਸੇ ਤਰ੍ਹਾਂ ਚੜ੍ਹ ਕੇ ਮਦਦ ਕਰੋ ਸਾਰੇ ਰਲ ਕੇ, ਅਤੇ ਸਾਰੀ ਕੌਮ ਦੀ ਚੜ੍ਹਦੀ ਕਲਾ ਹੋ ਜਾਏ। ਮੈਂ ਮਾਤਾ ਗੁਰਜੀਤ ਕੌਰ ਬੋਲਦੀ ਹਾਂ। ਮੈਂ ਕਹਿੰਦੀ ਵੀ ਜਿਹੜੇ ਜੇਲ੍ਹਾਂ 'ਚ ਬੰਦ ਸਿੰਘ ਨੇ ਨਿਰਦੋਸ਼, ਉਹਨਾਂ ਵਾਸਤੇ ਬਲਵੀਰ ਸਿੰਘ ਕਰ ਰਿਹਾ ਹੈ। ਜੇ ਸਹਿਯੋਗ ਸੰਗਤਾਂ ਦੇਣਗੀਆਂ ਤਾਂ ਹੀ ਉਹ ਬਾਹਰ ਆਉਣਗੇ। ਜੇ ਹੁਣ ਮੈਂ ਬਿਮਾਰ ਰਹਿੰਦੀ ਹਾਂ, ਮੇਰੇ 'ਤੇ ਪੈਸਾ ਲੱਗ ਰਿਹਾ ਹੈ, ਘੜੀ ਘੜੀ ਪੈਸਾ ਲੱਗ ਰਿਹਾ ਹੈ, ਜੇ ਸੰਗਤਾਂ ਸਹਿਯੋਗ ਦੇਣਗੀਆਂ ਤਾਂ ਹੀ ਮੇਰੀ ਬਿਮਾਰੀ ਦਾ ਇਲਾਜ ਹੋ ਸਕੇ, ਤਾਂ ਹੀ ਬਲਵੀਰ ਸਿੰਘ ਮੈਨੂੰ ਕੱਢ ਸਕੇ। ਕਿੱਥੋਂ ਕੁ ਤੱਕ ਕਹਾਣੀ ਪਹੁੰਚਦੀ ਪਈ ਹੈ, ਮੇਰਾ ਰੋਜ਼ ਦਾ ਖਰਚਾ ਇੰਨਾ ਹੋ ਰਿਹਾ ਹੈ, ਕੌਣ ਮੈਨੂੰ ਦੇਵੇ? ਜੇ ਸੰਗਤਾਂ ਸਹਿਯੋਗ ਦੇਣਗੇ ਤਾਂ ਹੀ ਮੈਂ ਬਚ ਸਕਦੀ ਹਾਂ, ਉਹਨਾਂ ਚਿਰ ਬਚ ਨਹੀਂ ਸਕਦੀ, ਸੰਗਤਾਂ ਸਹਿਯੋਗ ਨਾਲ ਬਚਾਂਗੀ। ਕਿਰਪਾ ਕਰਕੇ ਜੇਲ੍ਹਾਂ ਲਈ ਪੈਸੇ ਦਿਓ, ਇਕੱਠੇ ਕਰੋ, ਅਤੇ ਗਰੀਬਾਂ ਵਾਸਤੇ ਇਕੱਠੇ ਕਰੋ, ਜਿਹਨਾਂ ਦੇ ਪਰਿਵਾਰ ਸ਼ਹੀਦ ਹੋਏ ਨੇ, ਉਹ ਤੰਗ ਹੋ ਰਹੇ ਨੇ, ਉਹਨਾਂ ਦੀ ਤੰਗੀ ਕੱਟਣ ਵਾਸਤੇ ਇੱਕ ਬਲਵੀਰ ਸਿੰਘ ਨੇ ਬਾਂਹ ਪੜੀ ਹੋਈ ਹੈ, ਤਨ ਮਨ ਦੇ ਨਾਲ ਜਿਹੜੀ ਸੇਵਾ ਕਰ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।